ਹੁਣ ਬੇਨਤੀ ਕਰੂੰਗਾ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ, ਉਹ ਆਪਣੇ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਨਗੇ। ਥੋੜ੍ਹਾ ਤੁਸੀਂ ਜੇ ਥੋੜ੍ਹਾ ਬਹਿ ਜਾਓਗੇ ਤਾਂ ਪਿੱਛੇ ਨਜ਼ਰ ਆਉਣ ਲੱਗ ਜੂ। ਮੈਂ ਸਿਕਿਉਰਟੀ ਵਾਲੇ ਵੀਰ ਨੂੰ ਮੈਨੂੰ ਕਹਿੰਦਾ ਆਹ ਜਿਹੜਾ ਅੱਗੇ ਜਗ੍ਹਾ ਪਈ ਹੈ ਇੱਥੇ ਬਿਠਾ ਲਓ ਯਾਰ, ਆਹ ਜਿਹੜਾ ਤੁਸੀਂ ਲਾਇਆ ਰੇਲਿੰਗ ਨਾ, ਇਹਦੇ ਤੋਂ ਅੱਗੇ ਅੱਜ ਇੱਥੇ ਬਿਠਾ ਲਓ, ਵਿਚਾਲੇ ਬਿਠਾ ਲਓ, ਖੋਲ ਲਓ ਇੱਥੋਂ ਯਾਰ, ਆਹ ਵਿਚਾਲੇ ਬਿਠਾ ਲਓ, ਆਰਾਮ ਨਾਲ ਬਹਿ ਜਾਓ। ਆਪਣੀ ਨੇ ਕੋਈ ਨਹੀਂ, ਆਪਣੀ ਨੇ ਸਾਰੇ ਆਪਣੇ ਨੇ। ਹਾਂ ਇੱਥੇ ਕਹਿੰਦਾ ਮੈਂ, ਆ ਵਿਚਾਲੇ ਜਿੱਥੇ ਜਗ੍ਹਾ ਪਈ ਹੈ ਉੱਥੇ ਬਿਠਾ ਲਓ, ਜਿਹੜੇ ਪੁਲਿਸ ਵਾਲੇ ਵੀਰ ਖੜ੍ਹੇ ਨੇ ਆਰਾਮ ਨਾਲ ਇੱਥੇ ਬਹਿ ਜਾਓ ਤਾਂ ਕਿ ਪਿਛਲਿਆਂ ਨੂੰ ਨਜ਼ਰ ਆ ਜਾਏ। ਬੈਠ ਜਾਓ ਭਾਈ ਜੀ ਇੱਥੇ ਬਹਿ ਜਾਓ। ਹਾਂ ਇੱਥੇ ਬਹਿ ਜਾਓ। ਮੈਂ ਪੰਜਾਬ ਪੁਲਿਸ ਜੀ, ਇਹ ਵਿਚਾਰਾ ਇੰਨਾ ਪੁਰਾਣੀਆਂ ਆਦਤਾਂ ਪਈਆਂ ਹੋਈਆਂ, ਇੱਥੇ ਬਹਿ ਜਾਣ ਦਿਓ ਕੁਛ ਨਹੀਂ ਕਹਿੰਦੇ, ਬਹਿ ਜਾਓ ਆਰਾਮ ਨਾਲ। ਬਸ ਬਲਕਾਰ ਪਿੱਛੇ ਹੋ ਜਾਓ ਤੁਸੀਂ, ਪਿੱਛੇ ਹੋ ਜਾਓ ਸਾਰੇ ਸਿਕਿਉਰਿਟੀ ਵਾਲੇ, ਆਰਾਮ ਨਾਲ ਬਹਿ ਜਾਣ ਦਿਓ ਉਹਨਾਂ ਨੂੰ। ਕੋਈ ਨਹੀਂ ਬੈਠ ਬੈਠ, ਆ ਮੁੰਡੇ ਨੂੰ ਕਹੋ ਪਿੱਛੇ ਆ ਜਾਓ, ਪਿੱਛੇ ਆ ਜਾਓ। ਅੱਜ ਬਰਨਾਲਾ ਦੇ ਇਨਕਲਾਬੀ ਲੋਕਾਂ ਨੂੰ ਮਿਲਣ ਦਾ ਇੱਕ ਵਾਰ ਫਿਰ ਮੌਕਾ ਮਿਲਿਆ। ਸੰਤ ਰਾਮ ਉਦਾਸੀ ਦੀ ਧਰਤੀ, ਰਾਮ ਸਰੂਪ ਪਣਖੀ ਦੀ ਧਰਤੀ, ਮੇਘਰਾਜ ਮਿੱਤਰ ਦੀ ਧਰਤੀ, ਬਲਵੰਤ ਗਾਰਗੀ ਦੀ ਧਰਤੀ, ਓਮ ਪ੍ਰਕਾਸ਼ ਗਾਸੋ ਦੀ ਧਰਤੀ, ਸ਼ਾਇਰਾਂ ਯੋਧਿਆਂ ਸੇਵਾ ਸਿੰਘ ਠੀਕਰੀ ਵਾਲੇ ਵਰਗੇ ਯੋਧਿਆਂ ਦੀ ਧਰਤੀ ਬਰਨਾਲੇ ਆਉਣ ਦਾ ਮੌਕਾ ਮਿਲਿਆ। ਇੱਕ ਵਾਰੀ ਫਿਰ ਉਹੀ ਪਿਆਰ, ਬਲਕਿ ਉਹ ਤੋਂ ਵੀ ਵੱਧ ਪਿਆਰ ਮਿਲ ਰਿਹਾ। ਬੈਠ ਜਾ। ਮੈਂ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ, ਜੇ ਇੱਦਾਂ ਵੀ ਐਂ ਵੀ ਕਵਰ ਕਰ ਲਓਗੇ ਤਾਂ ਵੀ ਫੋਟੋ ਤਾਂ ਮੇਰੀ ਆ ਹੀ ਜਾਊਗੀ। ਕੋਈ ਨਹੀਂ ਸਾਰਿਆਂ ਨੇ ਕਵਰ ਵੀ ਕਰਨਾ ਇਹਨਾਂ ਨੇ। ਮੇਰੇ ਸਟੇਜ ਦੇ ਉੱਤੇ ਸੰਗਰੂਰ ਦੇ, ਬਰਨਾਲੇ ਦੇ, ਮਹਿਲ ਕਲਾਂ ਦੇ, ਸ਼ੇਰਪੁਰ ਦੇ, ਧੂਰੀ ਦੇ ਸਾਰੀ ਲੀਡਰਸ਼ਿਪ ਬੈਠੀ ਹੈ। MLA ਸਾਹਿਬਾਨ ਬੈਠੇ ਨੇ, ਚੇਅਰਮੈਨ ਸਾਹਿਬਾਨ ਬੈਠੇ ਨੇ, ਔਰ ਤੁਹਾਡੇ ਆਪਣੇ ਇਸ ਹਲਕੇ ਨੂੰ 4 ਜੂਨ ਤੋਂ ਬਾਅਦ ਜੋ ਕੰਮ 4 ਜੂਨ ਤੋਂ ਬਾਅਦ ਕਹਿਣਾ ਮੈਂ ਅੱਜ ਹੀ ਕਹਿ ਦਿੰਦਾ। ਤੁਹਾਡੇ MP ਸਾਹਿਬ ਵੀ ਬੈਠੇ ਨੇ, ਸ਼੍ਰੀ ਮੀਤ ਹੇਅਰ ਜੀ, ਵੀਰੋ
ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ। ਅੱਜ ਜਦੋਂ ਮੈਂ ਆਇਆ ਸੰਗਰੂਰ ਤੋਂ, ਮੈਂ ਕੱਲ੍ਹ ਫਿਰੋਜ਼ਪੁਰ ਰੋਡ ਸ਼ੋਅ ਸੀ ਅਤੇ ਉਸ ਤੋਂ ਬਾਅਦ ਬਾਗੇ ਪੁਰਾਣੇ ਰੈਲੀ ਸੀ ਅਤੇ ਮੈਂ ਸੰਗਰੂਰ ਆ ਗਿਆ ਸੀ। ਸੰਗਰੂਰ ਸਵੇਰੇ ਵਰਕਰਾਂ ਵਲੰਟੀਅਰਾਂ ਨੂੰ ਮਿਲ ਕੇ ਆਇਆ, ਚਾਹ ਪੀ ਕੇ ਆਇਆ ਉਹਨਾਂ ਨਾਲ। ਉਹ ਤੋਂ ਬਾਅਦ ਬਡਵਰ ਵਾਲੇ ਟੋਲ ਪਲਾਜ਼ੇ ਤੋਂ ਜੋ ਪਿਆਰ, ਸਤਿਕਾਰ, ਮਾਨ ਸਨਮਾਨ, ਜੋਸ਼, ਹੋਸ਼, ਜਿਸ ਤਰੀਕੇ ਨਾਲ ਇੱਥੋਂ ਤੱਕ ਤੁਸੀਂ ਮੈਨੂੰ ਲੈ ਕੇ ਆਏ ਹੋ, ਮੈਨੂੰ ਲੱਗਦਾ ਵੀ ਪੂਰੀ ਦੁਨੀਆ ਦੀ ਕਰੰਸੀ 'ਚ ਉਸ ਪਿਆਰ ਦਾ ਕਿਤੇ ਮੁੱਲ ਨਹੀਂ ਪਾਇਆ ਜਾ ਸਕਦਾ ਜੋ ਪਿਆਰ ਮਿਲੇ। ਮੋਟਰਸਾਈਕਲਾਂ ਵਾਲੇ ਮੁੰਡੇ, ਸਾਈਕਲਾਂ ਵਾਲੇ, ਟਰੈਕਟਰਾਂ ਵਾਲੇ, ਹਜੇ ਤਾਂ ਟਰੈਕਟਰ ਬਿਜ਼ੀ ਨੇ, ਮੈਂ ਪੱਤਰਕਾਰਾਂ ਨੂੰ ਕਿਹਾ ਥੋੜ੍ਹੇ 10 ਕੁ ਦਿਨ ਠਹਿਰ ਜਾਓ ਬਸ, ਕਿਹੜਾ ਤੂੜੀ ਤਾੜੀ ਕਰ ਲਈਏ, ਉਦੋਂ ਬਾਅਦ ਇਹਨਾਂ ਦੀ ਤੂੜੀ ਕਰਾਂਗੇ ਅਸੀਂ ਫਿਰ। ਸੋ ਇਸ ਕਰਕੇ ਜੋ ਮਾਨ ਸਨਮਾਨ ਦਿੱਤਾ, ਮੈਂ ਇਕੱਲੇ ਇਕੱਲੇ ਮੁੰਡਿਆਂ ਨੂੰ ਜਾਣਦਾ, ਮੈਨੂੰ ਇਹ ਵੀ ਪਤਾ ਕਿਹੜੇ ਆਪਣੇ ਪੱਲਿਓ ਤੇਲ ਪਵਾ ਕੇ ਆਉਂਦੇ ਨੇ, ਮੈਨੂੰ ਇਹ ਵੀ ਪਤਾ ਕਈਆਂ ਨੂੰ ਘਰੇ ਲੜਨਾ ਪੈਂਦਾ, ਲਾਂਭੇ ਤਾਨੇ ਮਿਹਣੇ ਸੁਣਨੇ ਪੈਂਦੇ ਆ, ਪਰ ਮੇਰੇ 'ਤੇ ਯਕੀਨ ਰੱਖਿਓ, ਜਿਹੜੇ ਮੁੰਡੇ, ਜਿਹੜੇ ਨੌਜਵਾਨ ਘਰਦਿਆਂ ਨੂੰ ਇਹ ਦੱਸਦੇ ਨੇ ਕਿ ਕੋਈ ਨਹੀਂ ਬੇਬੇ, ਬੇਬੇ ਕਹਿੰਦੀ ਆ ਬੇਬੂ ਤਾਂ ਕੀ ਫਾਇਦਾ ਹੋਇਆ ਉੱਥੇ ਜਾਣ ਦਾ, ਤਾਂ ਬੇਬੇ ਨੂੰ ਮੇਰੇ ਵੱਲੋਂ ਅੱਜ ਕਹਿ ਦਿਓ ਸ਼ਾਮ ਨੂੰ ਕਿ ਬੇਬੇ ਤੈਨੂੰ ਦੱਸਾਂਗੇ ਥੋੜ੍ਹੇ ਚਿਰ ਤੱਕ ਕਿ ਕੀ ਫਾਇਦਾ ਹੋਇਆ। ਘਰਾਂ ਦੇ ਘਰ ਨੌਕਰੀਆਂ ਵੀ ਮਿਲਣਗੀਆਂ, ਜ਼ਿੰਮੇਵਾਰੀਆਂ ਵੀ ਮਿਲਣਗੀਆਂ, ਸੰਗਠਨ 'ਚ ਵੀ ਹਿੱਸਾ ਪਊਗਾ, ਸਰਕਾਰ 'ਚ ਵੀ ਹਿੱਸਾ ਪਊਗਾ, ਵੱਡੀਆਂ ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ। ਕੀ ਗੱਲ ਬਈ, ਸਾਡੇ ਧੀਆਂ ਪੁੱਤਾਂ ਨੂੰ ਚੇਅਰਮੈਨੀ ਵਾਲੀਆਂ ਕੁਰਸੀਆਂ 'ਤੇ ਬਹਿਣਾ ਨਹੀਂ ਆਉਂਦਾ? ਕੀ ਗੱਲ ਬਈ, ਸਾਨੂੰ ਹੁਕਮ ਲਿਖ ਕੇ ਥੱਲੇ ਸਾਈਨ ਨਹੀਂ ਕਰਨੇ ਆਉਂਦੇ? ਸਭ ਆਉਂਦਾ, ਮੌਕਾ ਤਾਂ ਦਿਓ ਨਾ, ਜੇ ਮੌਕਾ ਹੀ ਨਹੀਂ ਦਿਓਗੇ ਫਿਰ ਕਿਵੇਂ ਸਿੱਖਾਂਗੇ? ਸਭ ਮੌਕਾ ਮਿਲੂਗਾ, ਮਿਲ ਚੁੱਕਿਆ ਬਹੁਤ ਸਾਰਿਆਂ ਨੂੰ। ਅੱਜ ਸੰਗਰੂਰ ਦੇ ਲੋਕ ਸਭਾ ਦੇ ਇਸ ਫੰਕਸ਼ਨ 'ਚ ਅੱਜ ਤੁਹਾਡੇ ਪਿਆਰ ਨੇ ਇੱਕ ਗੱਲ ਤਾਂ ਦੱਸਤੀ ਕਿ ਐਵੇਂ ਨਹੀਂ ਫਿਰ ਸੰਗਰੂਰ ਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਹਿੰਦੇ, ਇਹ ਰਾਜਧਾਨੀ ਹੈਗੀ ਹੈ ਔਰ ਕਾਇਮ ਰਹੂਗੀ, ਜਿਸ ਤਰ੍ਹਾਂ ਮੀਤ ਨੇ ਕਿਹਾ, ਔਰ ਰਾਜਧਾਨੀ ਕਾਇਮ ਰਹੂਗੀ। ਪਿਛਲੀ ਵਾਰ ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ 'ਚ ਮਿਲਣ ਗਿਆ, ਵੀਰੋ ਕੋਈ ਨਹੀਂ ਬੈਠ ਜਾਓ, ਬੈਠ ਜਾਓ, ਬੈਠ ਜਾਓ, ਆਰਾਮ ਨਾਲ ਬੈਠ ਜਾਓ, ਆਰਾਮ ਨਾਲ ਬੈਠ ਜਾਓ, ਬੈਠ ਜਾਓ, ਉਹ ਬੈਠ ਜਾਓ, ਬੈਠ ਜਾਓ। ਪਿਛਲੀ ਵਾਰ ਕੋਈ ਨਹੀਂ ਬੈਠ ਜਾਓ ਆਰਾਮ ਨਾਲ, ਮੈਂ ਜਦੋਂ ਕੋਈ ਨਹੀਂ ਬਾਈ ਜੀ ਬਹਿ ਜਾਓ, ਸੁਣ ਲਓ, ਸੁਣ ਕੇ ਗੱਲਾਂ ਕਰਾਂਗੇ। ਪਤਾ ਕੀ ਹੈ ਅਲ 'ਚ ਕੀ ਹੈ ਕਿ ਕੋਈ ਗੱਲ ਨਹੀਂ, ਆਪਣੀ ਨੀਤੀਆਂ ਪੁੱਤ ਨੇ, ਕੋਈ ਨਹੀਂ ਆਰਾਮ ਨਾਲ ਬੈਠ ਜਾਓ, ਉਹਨੂੰ ਮੈਨੂੰ ਮਿਲਾ ਦਿਓ, ਮੈਨੂੰ ਜਾਣ ਤੋਂ ਪਹਿਲਾਂ, ਜਿਹੜੇ ਵੀ ਮੁੰਡੇ ਜਾ ਰਹੇ ਨੇ ਜਾਣ ਤੋਂ ਪਹਿਲਾਂ ਮੈਨੂੰ ਗੱਡੀ 'ਚ ਮਿਲਾ ਦਿਓ, ਮੰਗ ਪੱਤਰ ਵੀ ਲਵਾਂਗੇ, ਜਿਹੜੀ ਸਮੱਸਿਆ ਹੱਲ ਵੀ ਇਹਨਾਂ ਨੂੰ ਪਤਾ ਹੋਊਗਾ, ਕੋਈ ਗੱਲ ਨਹੀਂ, ਆਪਾਂ ਆਪਣੀ ਧੀਆਂ ਪੁੱਤ ਨੇ, ਇਹਨਾਂ ਵਾਸਤੇ ਤਾਂ ਫਿਰਦੇ ਹਾਂ। ਇਹ ਪੁਰਾਣੀਆਂ ਸਰਕਾਰਾਂ ਦੇ ਆ ਕੰਡੇ ਬੀਜੇ ਹੋਏ ਨੇ ਜਿਹੜੇ, ਇਹ ਹੁਣ ਇਹ ਵਿਚਾਰਿਆਂ ਨੂੰ ਕਿਸੇ ਦਾ ਕੋਰਟ 'ਚ ਕੇਸ ਪੈ ਗਿਆ, ਕਿਸੇ ਦਾ ਹਾਈ ਕੋਰਟ ਨੇ ਬੈਨ ਕਰਤਾ, ਕਿਸੇ ਨੂੰ ਮਿਲੀ ਨਹੀਂ ਨੌਕਰੀ। ਸੋ ਇਸ ਕਰਕੇ ਇਹਨਾਂ ਨੂੰ ਐਂ ਲੱਗਦਾ ਸ਼ਾਇਦ
ਇੱਦਾਂ ਰੈਲੀ 'ਚ ਐਂ ਬੋਲ ਕੇ ਸਾਡੀ ਅਖਬਾਰ 'ਚ ਡੱਬੀ ਲੱਗ ਜਾਊਗੀ। ਇਹ ਨਹੀਂ ਹੁੰਦਾ, ਆਰਾਮ ਨਾਲ ਗੱਲ ਕਰਕੇ ਬਹਿ ਕੇ ਗੱਲ ਕਰੀਏ। ਅਸੀਂ ਤਾਂ 2 ਸਾਲ ਹੋਏ ਹਾਂ, ਆਪਾਂ ਕਿਹੜਾ ਕੋਈ ਹਿੱਸੇ ਪਾ ਲਏ ਬੱਸਾਂ 'ਚ ਜਾਂ ਰੇਤਿਆਂ ਦੀਆਂ ਖੱਡਾਂ 'ਚ? ਆਪਾਂ ਤਾਂ ਹਿੱਸੇ ਦੁੱਖਾਂ ਸੁੱਖਾਂ 'ਚ ਹੀ ਪਾਉਣੇ ਆ ਪੰਜਾਬ ਦੇ ਲੋਕਾਂ ਦੇ। ਜਦੋਂ ਪਿਛਲੀ ਵਾਰ ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਮਿਲਣ ਗਿਆ ਜੇਲ੍ਹ 'ਚ, ਮੈਨੂੰ ਕਹਿੰਦੇ ਸੰਗਰੂਰ ਦਾ ਕੀ ਹਾਲ ਹੈ? ਮੈਂ ਕਿਹਾ ਜੀ ਹੁਣ ਮੈਂ ਗੁਜਰਾਤ ਜਾਇਆ ਵਾਂ, 2 ਦਿਨ ਮੇਰੀ ਗੁਜਰਾਤ ਡਿਊਟੀ ਹੈ, ਆ ਕੇ ਫਿਰ ਮੈਂ ਗੁਰਦਾਸਪੁਰ ਤੋਂ ਫਿਰ ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਫਿਰੋਜ਼ਪੁਰ 'ਤੇ ਮੈਂ ਤੁਹਾਨੂੰ ਅਗਲੀ ਮੁਲਾਕਾਤ ਤੋਂ ਪਹਿਲਾਂ ਸੰਗਰੂਰ ਜਾ ਕੇ ਆਊਂਗਾ। ਆ ਜਦੋਂ ਮੈਂ ਆਇਆ ਸੀ ਤੁਸੀਂ ਨੋਟ ਕੀਤਾ ਹੋਣਾ, ਇੱਕ ਫੋਨ ਆਇਆ ਮੈਨੂੰ ਥੱਲੇ ਜਾਣਾ ਪੈ ਗਿਆ। ਉਹ ਪਰਮਿਸ਼ਨ ਸੀ, ਮੈਨੂੰ ਫੋਨ ਆਇਆ ਮੇਰੇ ਪੰਜਾਬ ਦੇ DGP ਦਾ ਕਿ ਜੀ ਪਰਸੋਂ ਨੂੰ 12:30 ਵਜੇ ਤਿਹਾੜ ਜੇਲ੍ਹ ਦੇ ਵਿੱਚ ਤੁਹਾਡੀ ਮੁਲਾਕਾਤ ਦਾ ਟਾਈਮ ਮਿਲ ਗਿਆ ਅਤੇ ਮੈਂ ਹੁਣ ਜਾ ਕੇ ਦੱਸੂੰਗਾ ਕਿ ਸੰਗਰੂਰ ਦਾ ਕੀ ਹਾਲ ਹੈ। ਆਹ ਸਾਰਾ ਮੈਂ ਅੱਜ ਤੁਹਾਡੇ ਵਾਲਾ ਜਿਹੜਾ ਪਿਆਰ ਹੈ ਉਹ ਸਾਰਾ ਦੱਸੂੰਗਾ ਯਾਰ, ਕਿਉਂਕਿ ਅਰਵਿੰਦ ਕੇਜਰੀਵਾਲ ਜੀ ਖੁਦ ਜਦੋਂ ਵੀ ਉਹਨਾਂ ਦਾ ਪੰਜਾਬ 'ਚ ਕਿਤੇ ਰੈਲੀ ਕਰਨ ਨੂੰ ਦਿਲ ਕਰਦਾ ਸੀ ਜਾਂ ਲੋਕਾਂ ਨੂੰ ਮਿਲਣ 'ਤੇ ਕਰਦਾ ਸੀ, ਉਹ ਮੈਨੂੰ ਕਹਿੰਦੇ ਸੀ ਭਗਵੰਤ ਸੰਗਰੂਰ ਰੱਖੇ ਕੁਛ। ਮੈਂ ਕਿਹਾ ਰੱਖ ਲਓ ਜੀ, ਭਦੌੜ ਰੱਖ ਲਓ, ਬਰਨਾਲੇ ਰੱਖ ਲਓ, ਧੂਰੀ ਰੱਖ ਲਓ, ਮਹਿਲ ਕਲਾਂ ਰੱਖ ਲਓ, ਜਿੱਥੇ ਲਹਿਰੇਗਾ ਅੱਗੇ ਰੱਖ ਲਓ, ਸਨਾਮ ਰੱਖ ਲਓ, ਭਵਾਨੀਗੜ੍ਹ ਜਿੱਥੇ ਮਰਜ਼ੀ ਰੱਖ ਲਓ। ਸੋ ਪਰਸੋਂ ਨੂੰ 12:30 ਵਜੇ 30 ਤਰੀਕ ਨੂੰ 12:30 ਵਜੇ ਮੇਰੀ ਮੁਲਾਕਾਤ ਹੈ ਅਰਵਿੰਦ ਕੇਜਰੀਵਾਲ ਸਾਹਿਬ ਨਾਲ। ਮੈਂ ਆਹ ਸਾਰਾ ਜਿਹੜਾ ਤੁਹਾਡਾ ਪਿਆਰ ਅੱਜ, ਜੋਸ਼ ਅਤੇ ਹੋਸ਼ ਜਿਹੜਾ ਤੁਸੀਂ ਦੋਨੇ ਦਿਖਾ ਰਹੇ ਹੋ, ਇਹ ਮੈਂ ਜਾਣਸਾਰ ਸਭ ਤੋਂ ਪਹਿਲਾਂ ਜਾ ਕੇ ਦੱਸੂੰਗਾ ਕਿ ਤੁਸੀਂ ਠੀਕ ਹੈ, ਇੱਕ ਵਿਅਕਤੀ ਨੂੰ ਅੰਦਰ ਕਰਤਾ ਪਰ ਤੁਹਾਡੀ ਸੋਚ ਨੂੰ ਅੰਦਰ ਨਹੀਂ ਕਰ ਸਕਦੇ। ਤੁਹਾਡੀ ਸੋਚ ਬਰਨਾਲੇ ਦੇ ਗਲੀਆਂ ਅਤੇ ਸੜਕਾਂ ਦੇ ਵਿੱਚ ਗੂੰਜ ਰਹੀ ਸੀ। 2 ਨਾਅਰੇ ਲਾ ਕੇ ਇਥੜਾ ਦੱਸ ਦਿਓ, ਇਨਕਲਾਬ, ਇਨਕਲਾਬ। ਆਹ ਸੋਚ ਹੈ, ਇਹ ਸੋਚ ਉਹਨਾਂ ਨੇ ਪੈਦਾ ਕੀਤੀ ਹੈ। ਸੋ ਇਸ ਕਰਕੇ ਵੀਰੋ ਆਪਾਂ ਨੇ ਇਕੱਠੇ ਰਹਿਣਾ, ਬਾਕੀਆਂ ਤਾਂ ਹਜੇ ਉਮੀਦਵਾਰ ਵੀ ਨਹੀਂ ਲੱਭ ਰਹੇ। ਉਹਨਾਂ ਦੇ ਲੀਡਰਾਂ ਨੇ ਆਪਦੇ ਘਰਾਂ ਦੇ ਕੁੰਡੇ ਜਿੰਦੇ ਲਾ ਲਏ, ਕਾਂਗਰਸੀ ਲੀਡਰਾਂ ਨੇ ਕਈਆਂ ਨੇ ਆਪਦੇ ਘਰਾਂ ਦੇ ਕੁੰਡੇ ਬੰਦ ਕਰ ਲਏ, ਜਿਹੜੀ ਥੱਲੇ ਬਿਰਲ ਜੀ ਰਹਿ ਜਾਂਦੀ ਹੈ ਉਹ 'ਚ ਵੀ ਕੱਪੜਾ ਫਸਾ ਲਿਆ, ਕਿਤੇ ਥੱਲੋਂ ਦੀ ਟਿਕਟ ਨਾ ਸਿੱਟ ਜਾਣ, ਕਿਤੇ ਸਾਨੂੰ ਟਿਕਟ ਨਾ ਮਿਲ ਜੇ, ਪੰਗਾ ਪਊਗਾ ਵੱਡਾ। ਇਹੀ ਹਾਲ ਅਕਾਲੀ ਦਲ ਦਾ, ਅਖਬਾਰਾਂ ਵਾਂਗੂ ਟਿਕਟਾਂ ਸਿੱਟਦੇ ਫਿਰਦੇ ਆਏ, ਜਿਵੇਂ ਤੜਕੀ ਅਖਬਾਰਾਂ ਵਾਲਾ ਆਉਂਦਾ ਹੁੰਦਾ ਹੈ ਵੀ ਕੋਈ ਤਾਂ ਲੈ ਲਓ ਟਿਕਟ। ਸੋ ਵੀਰੋ ਇਹ ਹਾਲਤ ਮੈਂ ਨਹੀਂ ਕੀਤੀ, ਇਹ ਹਾਲਤ ਤੁਸੀਂ ਵੀ ਨਹੀਂ ਕੀਤੀ, ਇਹ ਹਾਲਤ ਇਹਨਾਂ ਦੀਆਂ ਕਰਤੂਤਾਂ ਨੇ ਕੀਤੀ ਹੈ। ਇਹਨਾਂ ਦੀਆਂ ਕਰਤੂਤਾਂ ਇਹ ਸੀਗੀਆਂ, ਇਹ ਸਮਝ ਬੈਠੇ ਸੀ ਅਸੀਂ ਤਾਂ ਪੱਕੇ ਹੋ ਗਏ, ਫੈਵੀਕੋਲ ਦੇ ਪੱਕੇ ਜੋੜ ਲੱਗ ਗਏ ਸਾਡੇ ਕੁਰਸੀਆਂ ਨਾਲ, ਹੁਣ ਨਹੀਂ ਸਾਨੂੰ ਕੋਈ ਹਿਲਾ ਸਕਦਾ, ਇਹ ਐਂ ਸਮਝ ਬੈਠੇ ਸੀ। ਇਸ ਕਰਕੇ ਵੀਰੋ ਇਹ ਗਲਤ ਫਹਿਮੀ ਦਾ ਸ਼ਿਕਾਰ ਹੋ ਗਏ ਸੀ। ਮੈਂ ਮਾਝੇ ਜਾ ਕੇ ਆਇਆ, ਮੈਂ ਦੁਆਬੇ ਜਾ ਕੇ ਆਇਆ, ਮਾਲਵੇ 'ਚ ਅੱਜ ਕੋਈ ਫਰਕ ਨਹੀਂ ਲੱਗ ਰਿਹਾ, ਕੋਈ ਇਨਕਲਾਬ ਜ਼ਿੰਦਾਬਾਦ ਦੇ ਨਾਰਿਆਂ ਦਾ ਜੋਸ਼ ਨਹੀਂ ਫਰਕ ਪਤਾ ਲੱਗ ਰਿਹਾ, ਕੋਈ ਜਿਹੜਾ ਅੰਦਰਲੀ ਭੜਾਸ ਹੈ ਉਹ ਨਿਕਲਣ 'ਚ ਕੋਈ ਫਰਕ ਨਹੀਂ ਪਤਾ ਲੱਗ ਰਿਹਾ। ਇਹਦਾ ਮਤਲਬ ਜਿਹੜਾ ਮੈਂ ਕਿਹਾ ਸੀ, ਮੇਰੇ 32 ਦੰਦ ਨੇ, ਕਦੇ ਕਦੇ ਮੇਰੀ ਵਾਲੀ ਗੱਲ ਕਹੀ ਹੋਈ ਸੱਚੀ ਹੋ ਜਾਂਦੀ ਹੈ, ਲਾਈਟ ਮੱਥੇ ਲੱਗਦੀ ਹੈ। ਜਿਹੜਾ ਮੈਂ 13-0 ਕਿਹਾ ਸੀ, ਇਹ ਬੱਦਲ ਬਾਈ ਮੈਨੂੰ 13-0 ਵਾਲੀ ਹੋਈ ਲੱਗਦੀ ਹੈ, ਜਿਹੜੇ ਹਿਸਾਬ 'ਤੇ ਤੁਸੀਂ ਪਿਆਰ ਦੇ ਰਹੇ।
ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਕਿਉਂਕਿ ਮੈਨੂੰ ਸਾਰੇ ਮੁਲਕ 'ਚ ਜਾਣਾ ਪੈ ਰਿਹਾ, ਗੁਜਰਾਤ ਜਾ ਕੇ ਆਇਆ, ਆਸਾਮ ਜਾ ਕੇ ਆਇਆ, ਹੁਣ ਰਾਂਚੀ ਜਾ ਕੇ ਆਇਆ। ਵੀਰੋ, ਜੋ ਦੋ ਗੇੜ ਵੋਟਾਂ ਪੈ ਗਈਆਂ, 190 ਤੋਂ ਉੱਪਰ ਸੀਟਾਂ 'ਤੇ ਵੋਟਾਂ ਪੈ ਗਈਆਂ, ਅਤੇ ਉਹਨਾਂ 190 ਚੋਂ ਤੁਹਾਨੂੰ ਖੁਸ਼ੀ ਵੀ ਹੋਊਗੀ, ਹੈਰਾਨੀ ਵੀ ਹੋਊਗੀ, 190 ਚੋਂ 120 ਤੋਂ 125 ਇੰਡੀਆ ਗਠਬੰਧਨ ਦੀਆਂ ਆ ਰਹੀਆਂ ਨੇ, ਸਰਕਾਰ 'ਚ ਆਪਣਾ ਹਿੱਸਾ ਪੈ ਰਿਹਾ। ਆਉਣ ਵਾਲੀ ਸੈਂਟਰ ਦੀ ਸਰਕਾਰ ਆਮ ਆਦਮੀ ਪਾਰਟੀ ਬਣਾਉਣੀ ਬਣੂਗੀ, ਆਮ ਆਦਮੀ ਪਾਰਟੀ ਡਿਸਾਈਡ ਕਰੂਗੀ ਕਿ ਦੇਸ਼ ਦਾ ਭਵਿੱਖ, ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਕਿਵੇਂ ਦੇਣਾ, ਸਕੂਲ ਕਿਵੇਂ ਬਣਾਉਣੇ, ਹਸਪਤਾਲ ਕਿਵੇਂ ਬਣਾਉਣੇ ਹੈ, ਦੇਸ਼ ਦੇ ਵਿੱਚ ਬਿਜਲੀ ਨਾਲ ਸੰਬੰਧਿਤ ਇਨਫਰਾਸਟ੍ਰਕਚਰ, ਵਪਾਰ, ਅਤੇ ਦੇਸ਼ ਨੂੰ ਨੰਬਰ 1 ਕਿਵੇਂ ਬਣਾਉਣਾ ਹੈ। ਦੇਸ਼ ਨੰਬਰ 1 ਉਦੋਂ ਬਣੂੰਗਾ, ਯਾਦ ਰੱਖ ਲਿਓ ਕਿ ਭਗਵੰਤ ਮਾਨ ਕਹਿ ਕੇ ਗਿਆ ਸੀ, ਦੇਸ਼ ਉਹਨਾਂ ਚਿਰ ਨੰਬਰ 1 ਨਹੀਂ ਬਣ ਸਕਦਾ ਜਿੰਨਾ ਚਿਰ ਪੰਜਾਬ ਸੂਬਾ ਲੀਡ ਨਹੀਂ ਕਰਦਾ, ਅਤੇ ਪੰਜਾਬ ਨੰਬਰ ਨਹੀਂ ਬਣਦਾ। ਪਹਿਲਾਂ ਪੰਜਾਬ ਨੂੰ ਨੰਬਰ 1 ਬਣਾਵਾਂਗੇ, 13-0 ਹੋ ਗਿਆ, ਪੰਜਾਬ ਨੰਬਰ 1 ਹੋ ਜਾਊਗਾ, ਸਾਰੇ ਗੱਲ ਚੱਲੂ। ਵੀ ਕੋਈ ਸੂਬਾ ਬਈ ਜਿੱਥੇ ਸਫਾਇਆ ਹੀ ਹੋ ਗਿਆ, ਜਿੱਥੇ ਚਿੱਕੜ 'ਚ ਝਾੜੂ ਉੱਗੇ ਹੀ ਨਹੀਂ ਕਿਉਂਕਿ ਝਾੜੂ ਨੇ ਚਿੱਕੜ ਸਾਫ਼ ਕਰਤਾ, ਅਤੇ ਕਮਲ ਉੱਗੇ ਹੀ ਨਹੀਂ, ਕਮਲ ਨੂੰ ਨਹੀਂ ਉੱਗੜ ਦੇਣਾ ਇੱਥੇ। ਸੋ ਇਸ ਕਰਕੇ ਨੰਬਰ 1 ਸੂਬਾ ਜਿਹੜਾ ਉਹ ਪੰਜਾਬ ਬਣੂਗਾ, ਫਿਰ ਦੇਸ਼ ਨੰਬਰ 1 ਬਣੂਗਾ। ਇਸ ਗੱਲ ਦੀ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ। ਸੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਵਾਅਦਾ ਪਹਿਲਾਂ ਵੀ ਕੀਤਾ ਸੀ, 2 ਸਾਲ ਪਹਿਲਾਂ, 2.5 ਸਾਲ ਹੋ ਗਏ, ਕਿ ਜੋ ਕਹਾਂਗੇ ਉਹ ਕਰਾਂਗੇ, ਜੋ ਨਹੀਂ ਕਰ ਸਕਦੇ ਉਹ ਕਹਿੰਦੇ ਹੀ ਨਹੀਂ, 4 ਕੰਮ ਵੱਧ ਕਰ ਦਾਂਗੇ, ਪਰ 10 ਕਹਿ ਕੇ 9 ਨਹੀਂ ਕਰਦੇ, 9 ਕਹਿ ਕੇ 11 ਕਰ ਦਾਂਗੇ, ਕਿਉਂਕਿ ਉਨਾ ਹੀ ਵਾਅਦਾ ਕਰੋ ਜਿੰਨਾ ਪੂਰਾ ਕਰ ਸਕਦੇ ਹੋ। ਜਿਸ ਤਰ੍ਹਾਂ ਮੀਤ ਹੇਰ ਜੀ ਨੇ ਦੱਸਿਆ ਕਿ ਅਸੀਂ ਬਹੁਤ ਸਾਰੀਆਂ ਗਰੰਟੀਆਂ ਤਾਂ ਉਹ ਪੂਰੀਆਂ ਕਰਤੀਆਂ ਜਿਹੜੀਆਂ ਅਸੀਂ ਕਹੀਆਂ ਵੀ ਨਹੀਂ ਸੀ। MLA ਦੀਆਂ ਪੈਨਸ਼ਨਾਂ ਕੱਟੀਆਂ ਆਉਣ ਸਾਰ ਪਹਿਲਾਂ ਤਾਂ 4.5-4 ਲੱਖ ਰੁਪਈਆ ਲੈਂਦੇ ਯਾਰ, ਦੱਸੋ। ਨਾਲੇ ਕਹਿੰਦੇ ਰਾਜ ਨਹੀਂ ਸੇਵਾ, ਸੇਵਾ ਦੀ ਪੈਨਸ਼ਨ ਮਿਲਦੀ ਦੇਖੀਏ ਕਦੇ, ਅਤੇ ਬਜ਼ੁਰਗਾਂ ਨੂੰ ਪੈਨਸ਼ਨ ਨਹੀਂ ਦਿੰਦੇ ਸੀ, ਆਪਦੀਆਂ ਪੈਨਸ਼ਨਾਂ 4-4 ਲੱਖ ਉਹ ਕੱਟੀ ਪਹਿਲਾਂ ਤਾਂ ਆਉਣ ਸਾਰ। ਫਿਰ ਕੀ ਕੀਤਾ, ਮੈਂ ਕਿਹਾ ਵੀ ਲਾਈਵ ਟੈਲੀਕਾਸਟ ਕਰੀਏ ਵਿਧਾਨ ਸਭਾ ਦਾ, ਕਾਂਗਰਸ ਵਾਲੇ ਵੀ ਕਹਿੰਦੇ ਸੀ ਲਾਈਵ ਟੈਲੀਕਾਸਟ ਕਰੋ, ਮੈਂ ਕਿਹਾ ਜੀ ਬਿਲਕੁਲ ਕਰਨਾ ਚਾਹੀਦਾ, ਕਿਉਂਕਿ ਮੈਨੂੰ ਪਤਾ ਸੀ ਵੀ 5 ਸਾਲ ਬੇਇੱਜ਼ਤੀਆਂ ਇਹਨਾਂ ਦੀ ਹੋਣਗੀਆਂ, ਉਹ ਲਾਈਵ ਹੋਣਗੀਆਂ, ਕਿਉਂਕਿ ਇਹਨਾਂ ਨੇ ਕੀਤਾ ਕੱਖ ਨਹੀਂ, ਅਤੇ ਸਵਾਲ ਮੈਂ ਪੁੱਛਿਆ ਕਰੂੰ ਉਦੋਂ ਇਹ ਫਸਿਆ ਕਰਨਗੇ। ਹੁਣ ਤੁਸੀਂ ਦੇਖ ਲਓ ਜਦੋਂ ਵਿਧਾਨ ਸਭਾ ਚੱਲਦੀ ਹੁੰਦੀ ਹੈ ਟੀਵੀ ਮੂਹਰੇ ਬਹਿ ਜਾਂਦੇ ਹੋ ਨਾ, ਅਤੇ ਫਿਰ ਲੱਗਦਾ ਨਾ ਪਤਾ, ਜਦੋਂ ਮੈਂ ਜਿੰਦਾ ਲੈ ਗਿਆ ਇੱਕ ਦਿਨ, ਮੈਂ ਕਿਹਾ ਇਹ ਭੱਜ ਜਾਂਦੇ ਨਹੀਂ, ਜਿੰਦਾ ਲਓ ਸਪੀਕਰ ਸਾਹਿਬ ਇਹਨਾਂ ਨੂੰ। ਹੁਣ ਕਹਿੰਦੇ ਜੇ ਆਪਾਂ ਲਾਈਵ ਥੋੜ੍ਹਾ ਕਰਦੇ ਕਰੀਏ ਵਿੱਚੋਂ, ਮੈਂ ਕਿਹਾ ਨਾ ਇਹ ਸਾਰੇ ਚੱਲੂ, ਇਹ ਤਾਂ ਥੋੜ੍ਹਾ ਨਹੀਂ ਵਿੱਚੋਂ ਹੋਣਾ, ਸਾਰੇ ਚੱਲੂ, ਕਿਉਂਕਿ ਇਹਨੂੰ ਪਤਾ ਲੱਗ ਗਿਆ ਕਿ ਸਾਡੇ ਤਾਂ ਕਰਤੂਤਾਂ ਬਾਹਰ ਆਉਣ ਲੱਗ ਗਿਆ। ਕੀ ਕੀਤਾ ਹੈ, ਟੋਲ ਪਲਾਜ਼ੇ ਜਦੋਂ ਮੇਰੇ ਕੋਲ ਫਾਈਲ ਆਇਆ ਕਰੇ, ਸਰ ਇਹ 433 ਦਿਨ ਹੋਰ ਮੰਗਦੇ ਨੇ ਜੀ, ਇਹ ਬੜੇ ਤੇਜ਼ ਨੇ ਟੋਲ ਪਲਾਜ਼ੇ ਵਾਲੇ, ਇਹ ਸਾਲ ਨਹੀਂ ਲਿਖਦੇ, ਨਾ ਮਹੀਨੇ ਲਿਖਣ, ਇਹ ਦਿਨ ਲਿਖ ਦਿੰਦੇ ਆ, 433 ਦਿਨ, 433 ਦਿਨ ਦਾ ਬਈ 365 ਦਿਨ ਦਾ ਸਾਲ ਹੁੰਦਾ ਇੱਕ, ਇਹ ਤਾਂ 2.5 ਸਾਲ ਹੋ ਗਏ, ਫਿਰ 433 ਦਿਨ ਵਧਾ ਦਿਓ। ਮੈਂ ਕਿਉਂ ਵਧਾ ਦਈਏ, ਕਹਿੰਦੇ ਪਹਿਲਾਂ ਵੀ ਵਧਾਏ ਸੀ, ਮੈਂ ਕਿਹਾ ਇਹ ਪਹਿਲਾਂ ਵਾਲਾ ਕੰਮ ਨਹੀਂ ਹੈਗਾ, ਪਹਿਲਾਂ ਵਾਲਾ ਕੋਈ ਹੁੰਦਾ ਉਹਨੇ ਕਹਿਣਾ ਸੀ ਓਕੇ 200 ਦਿਨ ਮੇਰਾ, 233 ਤੁਹਾਡੇ, ਲੈ ਮੇਰੇ ਵਾਲਾ 200 ਪਹਿਲਾਂ ਦੇ ਦਿਓ। ਆਪਾਂ ਨੇ ਜਾ ਕੇ ਪੁੱਛਣਾ ਹੁੰਦਾ ਟੋਲ ਪਲਾਜ਼ੇ ਵਾਲਿਆਂ ਨੂੰ ਵੀ ਬਾਈ ਜੀ ਕਿੰਨੇ ਕੁ ਚਿਰ ਤੱਕ ਚੱਲੂਗਾ ਇਹ,
ਨਾਲੇ ਰੇਟ ਵਧਾਏ ਜਾਂਦੇ ਆ, ਨਾਲੇ ਰੋਜ਼ ਵਾਹਨਾਂ ਦੀ ਗਿਣਤੀ। ਹੁਣ ਤੱਕ 14 ਟੋਲ ਪਲਾਜ਼ੇ ਬੰਦ ਕਰਤੇ, ਅਤੇ ਮੈਂ ਕਿਹਾ ਵੀ ਲੋਕਾਂ ਦੀ ਲੁੱਟ ਬੰਦ ਕਰਨੀ ਹੈ, ਸਾਰੇ ਟੋਲ ਪਲਾਜ਼ੇ ਬੰਦ ਕਰੋ। ਆਹ ਇੱਕ ਦੋ ਰਹਿ ਗਏ, ਬਾ ਉਹਨਾਂ 'ਤੇ ਹੁਣ ਮੇਰੀ ਜਮ੍ਹਾਂ ਸਮਝੌਤਾ ਜਿਹਾ ਉਹਨਾਂ ਦਾ ਮੈਂ ਲਈ ਬੈਠਾ। ਅੱਧੀ ਰਾਤ ਨੂੰ ਕਹਿ ਦੂੰਗਾ 12 ਵਜੇ ਵੀ ਚੱਕੋ ਵੇ ਆਪਣਾ ਬੋਰੀ ਬਿਸਤਰਾ, ਅਸੀਂ ਨਹੀਂ ਵਧਾਉਣਾ ਇੱਥੇ। ਉਹਨੇ ਦਾ ਹੀ ਤੇਲ ਲੱਗਦਾ, ਉਹਨੇ ਦੀ ਟੋਲ ਲੱਗਦੇ, ਇੱਦਾਂ ਦੱਸੋ ਯਾਰ। ਉਹ ਲਵਾਏ ਕੀ ਨੇ? ਆਹ ਬਾਜਵਾ ਹੋਰਾਂ ਨੇ, ਬਾਜਵਾ PWD ਮਿਨਿਸਟਰ ਸੀ, ਪਤਾ ਬਾਜਵਾ ਸਭ ਤੋਂ ਪਹਿਲਾਂ ਆਪਣੇ ਘਰ ਨੂੰ ਗੁਰਦਾਸਪੁਰ ਨੂੰ ਲਾਏ 7 ਟੋਲ ਪਲਾਜ਼ੇ। ਕੀ ਕਰੀਏ ਯਾਰ, ਇਹਨਾਂ ਨੂੰ ਕੀ ਪਤਾ? ਇਹ ਸਾਡੇ MLA ਨੂੰ ਕਹਿੰਦੇ ਨੇ ਕਿਹੋ ਜਿਹੇ ਜਿੱਤ ਕੇ ਆ ਗਏ, ਇਹ ਤਾਂ ਮੋਬਾਈਲ ਠੀਕ ਕਰਨ ਵਾਲੇ ਨੇ। ਮੈਂ ਕਿਹਾ ਨਹੀਂ ਨਹੀਂ ਦਿਮਾਗ ਠੀਕ ਕਰਨ ਵਾਲੇ ਵੀ ਹੈਗੇ ਆ ਸਾਡੇ ਕੋਲ। ਸੋ ਇਹਨਾਂ ਨੇ ਸਮਝ ਕੇ ਰੱਖਿਆ ਮੁਲਕ ਨੂੰ ਯਾਰ, ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ। ਇੱਧਰ ਨੂੰ ਹੱਕ ਲਓ, ਕਦੇ ਇੱਧਰ ਨੂੰ ਹੱਕ ਲਓ। ਲੈ ਇਸ ਵਾਰ 1 ਜੂਨ ਨੂੰ ਫੈਸਲਾ ਕਰਕੇ, 4 ਜੂਨ ਨੂੰ ਰਿਜ਼ਲਟ ਆਵੇ ਅਤੇ ਮੈਂ ਹੋਵਾਂ ਜਮ੍ਹਾਂ ਮੈਂਟਲੀ ਤੌਰ 'ਤੇ ਬਿਲਕੁਲ ਕੰਮ ਕਰਨ ਲਈ ਫ੍ਰੀ। ਅਤੇ ਉਸ ਤੋਂ ਬਾਅਦ 3 ਸਾਲ ਤਾਂ ਆਪਣੇ ਇਸ ਗੌਰਮੈਂਟ ਦੀ ਪਏ ਨੇ, ਅਗਲੀ ਦੇ 5 ਸਾਲ, ਫਿਰ ਅਗਲੀ ਦੇ 5 ਸਾਲ ਫੜੇ ਪਏ ਨੇ। ਤੁਸੀਂ ਚਮਕਾਉਂਦਾ ਦੇਖਿਓ ਪੰਜਾਬ, ਪੰਜਾਬ ਦੀ ਚਮਕ ਦੇਖਿਓ। ਜਿਹੜਾ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ, ਇਹ ਨਗ ਦੀ ਚਮਕ ਦੇਖਿਓ ਤੁਸੀਂ। ਇਹ ਹੀਰਾ ਹੈ ਪੰਜਾਬ, ਜਿਹੜਾ ਦੇਸ਼ ਦਾ ਹੀਰਾ ਹੈ, ਇਹ ਸਟੇਟ ਹੈ। ਔਰ ਸਾਰੇ ਗੱਲਾਂ ਹੋਣ ਲੱਗ ਗਈਆਂ, ਹੁਣੀ ਗੱਲਾਂ ਹੋਣ ਲੱਗ ਗਈਆਂ। ਮੈਨੂੰ ਦੂਜੇ ਰਾਜਾਂ ਦੇ ਮੁੱਖ ਮੰਤਰੀ ਪੁੱਛਣ ਲੱਗ ਗਏ, ਮੰਤਰੀ ਪੁੱਛਣ ਲੱਗ ਗਏ, ਇਹ ਕੈਸੇ ਕਰਦੀ ਹੈ ਸਰ ਆਪਣੇ, ਇਹ ਨਈ ਪੁਲਿਸ ਕੈਸੇ ਬਣਾ ਲਈ ਆਪਣੇ ਸਿਰਫ ਸੜਕੋਂ ਕੇ ਲੀਏ? ਮੈਂ ਕਿਹਾ ਹਾਂਜੀ, ਉਹਦਾ ਨਾਮ ਹੈ ਸੜਕ ਸੁਰੱਖਿਆ ਫੋਰਸ। ਸੜਕ 'ਤੇ ਕੋਈ ਦੁਰਘਟਨਾ ਰੱਬ ਨਾ ਕਰੇ ਕੋਈ ਇਹੋ ਜਿਹੀ ਹੋ ਜਾਏ, ਐਕਸੀਡੈਂਟ ਦਾ ਤਾਂ ਨਾ ਹੀ ਮਾੜਾ, ਉਹ ਮੌਕੇ 'ਤੇ ਪਹੁੰਚਦੇ ਆ। ਅਤੇ ਵੀਰੋ, 1 ਦਿਨ 'ਚ 17 ਮੌਤਾਂ ਦੀ ਐਵਰੇਜ ਸੀ। 1 ਫਰਵਰੀ ਨੂੰ ਲਾਂਚ ਕੀਤੀ SSF, ਮੇਰੇ ਕੋਲ ਇਕੱਲੇ ਫਰਵਰੀ ਅਤੇ ਮਾਰਚ ਦੀ ਰਿਪੋਰਟ ਆਈ ਹੈ ਕਿ 1 ਮਹੀਨੇ 'ਚ, 2 ਮਹੀਨੇ ਹੋ ਗਏ, ਪਹਿਲਾਂ 1 ਦਿਨ 'ਚ 17 ਮੌਤਾਂ ਐਵਰੇਜ, ਅਤੇ ਹੁਣ 2 ਮਹੀਨਿਆਂ 'ਚ 32-33 ਮੌਤਾਂ ਦੀ ਖਬਰ ਹੈ। ਕਿਉਂਕਿ ਉਹ ਪਹੁੰਚ ਕੇ ਉੱਥੇ ਸਭ ਤੋਂ ਪਹਿਲਾਂ ਜਾ ਕੇ ਪੱਟੀਆਂ ਕਰ ਦਿੰਦੇ ਨੇ, ਖੂਨ ਰੋਕ ਦਿੰਦੇ ਨੇ, ਨਾਲ ਦੀ ਨਾਲ ਹਸਪਤਾਲ 'ਚ ਚੱਕ ਕੇ ਲੈ ਜਾਂਦੇ ਨੇ, ਜਾਨ ਬਚ ਜਾਂਦੀ ਹੈ। ਜੇ ਆਪਾਂ 6000 ਤੋਂ ਵੱਧ ਬੰਦਾ ਮਰਦਾ ਜੀ 17 ਦੀ ਐਵਰੇਜ ਨਾਲ ਸਾਲ 'ਚ, ਜੇ ਆਪਾਂ ਐਤਕੀ 50% ਵੀ, 3000 ਬੰਦੇ ਦੀ ਵੀ ਜ਼ਿੰਦਗੀ ਬਚਾਤੀ ਬਈ ਜੀ, ਇੱਦੋਂ ਵੱਡਾ ਪੁੰਨ ਵਾਲਾ ਕੰਮ ਕੋਈ ਨਹੀਂ, ਇੱਦੋਂ ਵੱਡਾ ਕੋਈ ਪੁੰਨ ਵਾਲਾ ਕੰਮ ਨਹੀਂ ਹੋ ਸਕਦਾ। ਤੁਸੀਂ ਦੇਖਦੇ ਹੋ ਸਭ ਤੋਂ ਵੱਧ ਨਵੀਆਂ ਗੱਡੀਆਂ, ਲਿਸ਼ਕ ਦੀਆਂ ਗੱਡੀਆਂ ਕਿਹਦੇ ਕੋਲ ਨੇ? ਪੁਲਿਸ ਕੋਲ। ਉਹ ਬਈ ਉਹਨਾਂ ਨੇ ਤਾਂ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ, ਉਹਨਾਂ ਨੂੰ ਤਾਂ ਗੱਡੀਆਂ ਵਧੀਆ ਦਿਓ। ਪਹਿਲਾਂ ਸਭ ਤੋਂ ਵੱਧ ਟੁੱਟੀਆਂ ਹੋਈਆਂ ਧੱਕਾ ਸਟਾਰਟ ਗੱਡੀਆਂ ਕਿਹਦੇ ਕੋਲ ਹੁੰਦੀਆਂ ਸੀ? ਪੁਲਿਸ ਕੋਲ। ਮੂਹਰਲਾ ਬੰਪਰ ਕਿਸੇ ਹੋਰ ਮਾਡਲ ਦਾ, ਪਿਛਲਾ ਕਿਸੇ ਹੋਰ ਮਾਡਲ ਦਾ, ਕਈ ਵਾਰ ਤਾਂ ਜਿਹਨੂੰ ਫੜਨਾ ਹੁੰਦਾ ਸੀ ਉਹ ਤਾਂ ਧੱਕਾ ਲਵਾਉਂਦੇ ਸੀ ਵੀ ਤੈਨੂੰ ਫੜਨਾ, ਨਾਲ ਸਟਾਰਟ ਕਰਾਈ, ਉਹ ਤੋਂ ਬਾਅਦ ਤੇਰੇ ਮਗਰ ਭਜਾਵਾਂਗੇ ਅਸੀਂ। ਆਹ ਹਾਲਤ ਹੁੰਦੀ ਸੀ ਇਹਨਾਂ ਦੀ। ਹੁਣ ਨਵੀਆਂ ਸਕਾਰਪੀਓ, ਹਜੇ ਤੱਕ ਉਹਨਾਂ ਨੇ ਮੁੰਡਿਆਂ ਨੇ ਸੀਟਾਂ ਤੋਂ ਕਾਗਜ਼ ਵੀ ਨਹੀਂ ਲਾਹੇ, ਜਿਵੇਂ ਆਪਣੀਆਂ ਨਵੀਆਂ ਗੱਡੀਆਂ 'ਤੇ ਹੁੰਦਾ ਵੀ ਨਹੀਂ ਲਾਉਣਾ, ਨਵੀਂ ਲੱਗਦੀ ਹੈ ਕਾਗਜ਼ ਨਾਲ, ਨਵੀਂ ਗੱਡੀ ਲੱਗਦੀ ਹੈ। ਸੋ ਵੀਰੋ, ਇਹ ਵੀ ਆਪਣੇ ਪੁੱਤ ਭਤੀਜੇ ਨੇ, ਇਹਨਾਂ ਨੂੰ ਜੇ ਕੰਮ ਕਰਨ ਵਾਸਤੇ ਮਾਹੌਲ ਦਿਓਗੇ ਤਾਂਹੀਓ ਕੰਮ ਕਰਨਗੇ, ਨਾ ਕੋਈ ਛੁੱਟੀ ਇਹਨਾਂ ਨੂੰ, ਛੁੱਟੀ ਵੀ ਇਹਨਾਂ ਨੂੰ ਕੀਤੀ ਫਿਰ ਇੱਕ ਛੁੱਟੀ, ਅਤੇ ਇਹਨਾਂ ਦੇ ਸਾਰਿਆਂ ਦੇ ਬਰਥਡੇ, ਜਨਮ ਦਿਨ ਲੈ ਲਏ ਸਰਕਾਰ ਨੇ ਇਹਨਾਂ। ਅੱਜ ਵੀ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਪੁਲਿਸ ਵਾਲਿਆਂ ਦੇ ਜਨਮ ਦਿਨ ਹੋਣਗੇ, ਉਹਨਾਂ ਦੇ ਘਰੇ ਸ਼ਾਨਦਾਰ ਇੱਕ ਕਾਰਡ ਜਾਂਦਾ, ਮੇਰੇ ਸਾਈਨ ਨੇ, DGP ਦੇ ਸਾਈਨ ਨੇ, ਅਤੇ ਉਹ 'ਤੇ ਲਿਖਿਆ ਹੋਇਆ ਕਿ ਤੁਹਾਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ, ਤੁਹਾਡੇ ਪਰਿਵਾਰ ਨੂੰ ਮੁਬਾਰਕਾਂ, ਅਤੇ ਤੁਹਾਡੇ ਪਰਿਵਾਰ ਨੂੰ ਇਹ ਦੱਸਿਆ ਜਾਂਦਾ ਕਿ ਤੁਹਾਡੇ ਪਰਿਵਾਰ ਦਾ ਮੈਂਬਰ ਫਲਾਨਾ ਸਿੰਘ ਪੰਜਾਬ ਪੁਲਿਸ ਦੇ ਵਿੱਚ ਬਹੁਤ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ। ਉਹ ਬੱਚੇ ਅਗਲੇ ਦਿਨ ਸਕੂਲ 'ਚ ਲਿਜਾ ਕੇ ਦਿਖਾਉਂਦੇ ਨੇ, ਮੇਰੇ ਪਾਪਾ ਨੂੰ ਭਗਵੰਤ ਮਾਨ ਦੀ ਚਿੱਠੀ ਆਈ ਹੈ, ਮੇਰੇ ਪਾਪਾ ਨੂੰ ਭਗਵੰਤ ਮਾਨ ਨੇ ਬਰਥਡੇ ਵਿਸ਼ ਕੀਤਾ। ਆਹੀ ਹੁੰਦਾ ਮਾਨ ਸਨਮਾਨ,
ਹੋਰ ਕੀ ਹੈ ਇੱਥੇ, ਕੀ ਲੈ ਜਾਣਾ ਇੱਥੋਂ? ਆਹ ਤੁਰੇ ਫਿਰਦੇ ਆ ਪੈਸਿਆਂ ਮਗਰ, ਭੱਜੇ ਫਿਰਦੇ ਆ, ਆਹ ਵੀ ਦੱਬ ਲਓ, ਆਹ ਵੀ ਦੱਬ ਲਓ, ਉਹ ਵੀ ਦੱਬ ਲਓ, ਨਾਲ ਲੈ ਜਾਓਗੇ, ਨਾਲ ਲੈ ਜਾਓਗੇ? ਸੋ ਵੀਰੋ ਇਹਨਾਂ 'ਤੇ ਨਾ ਰਿਹੋ, ਇਹਨਾਂ 'ਤੇ ਨਾ ਰਿਹੋ। ਮੈਂ ਕੱਲ੍ਹ ਵੀ ਗੱਲ ਸੁਣਾਈ, ਅੱਜ ਮੈਨੂੰ ਆਉਣ ਸਾਰੀ ਇੱਕ ਮੁੰਡਾ ਕਹਿੰਦਾ ਬਾਈ ਉਹ ਦੁਬਾਰੇ ਸੁਣਾ ਦੀ, ਕੱਲ੍ਹ ਮੇਰਾ ਕਹਿੰਦਾ ਸਿਗਨਲ ਜਿਹਾ ਕੱਟ ਗਿਆ ਸੀ, ਮੇਰੇ ਤੋਂ ਗੱਲ ਸੁਣੀ ਨਹੀਂ ਗਈ। ਮੈਂ ਦੁਬਾਰੇ ਸੁਣਾ ਦਿੰਦਾ ਕਿ ਆਪਾਂ ਨੂੰ ਤਾਂ ਇਹੀ ਨਹੀਂ ਪਤਾ ਲੱਗਿਆ ਕਿ ਚੋਰੀ ਕੌਣ ਕਰੀ ਜਾਂਦਾ। ਆਪਾਂ ਤਾਂ ਆਪਸ 'ਚ ਸ਼ੱਕ ਕਰਨ ਲੱਗ ਗਏ ਇੱਕ ਦੂਜੇ 'ਤੇ, ਉਹ ਲੁੱਟੀ ਜਾਂਦਾ ਪਤਾ ਨਹੀਂ, ਭਾਈ ਨੂੰ ਤਾਂ ਸ਼ੱਕ ਹੋਈ ਜਾਂਦਾ ਮੈਨੂੰ, ਮੇਰਾ ਬਾਪੂ ਲੁੱਟੀ ਜਾਂਦਾ ਪਤਾ ਨਹੀਂ, ਬਾਪੂ ਨੂੰ ਪੁੱਤ 'ਚ ਸ਼ੱਕ ਹੁੰਦਾ ਮੇਰਾ ਪੁੱਤ ਲੁੱਟੀ ਜਾਂਦਾ ਪਤਾ ਨਹੀਂ। ਉਹ ਇੱਕ ਪਿੰਡ ਦੇ ਵਿੱਚ ਮੱਝਾਂ ਚੋਰੀ, ਮੈਸਾਂ ਚੋਰੀ ਹੋਣ ਲੱਗ ਗਈਆਂ। ਇੱਕ ਦਿਨ ਇੱਕ ਮੈਸ ਚੋਰੀ ਹੋ ਗਈ, ਦੂਜੇ ਦਿਨ ਦੋ ਮੈਸਾਂ ਚੋਰੀ ਹੋ ਗਈਆਂ, ਤਿੰਨ ਮੈਸਾਂ ਚੋਰੀ ਹੋ ਗਈਆਂ, ਪਿੰਡ 'ਚ ਤਰਸੱਲੀ ਮੱਚ ਗਈ, ਮੈਸਾਂ ਦੀ ਚੋਰੀ ਹੋਣ ਲੱਗ ਗਈ। ਉਹ ਪਿੰਡ ਦੀ ਜੂਹ 'ਤੇ ਕੋਈ ਸਾਧੂ ਸੰਤ ਰਹਿੰਦਾ ਸੀ, ਮਹਾਤਮਾ, ਬੜੀ ਮਾਨਤਾ ਸੀ ਪਿੰਡ 'ਚ, ਆਲੇ ਦੁਆਲੇ ਪਿੰਡਾਂ 'ਚ ਵੀ। ਉਹਦੇ ਕੋਲ ਜਾਏ ਪਿੰਡ ਵਾਲੇ, ਕਹਿੰਦੇ ਜੀ ਮੈਸਾਂ ਚੋਰੀ ਹੋਣ ਲੱਗ ਗਈਆਂ ਬਾਬਾ ਜੀ, ਜਮੀ ਪੱਟੇ ਗਏ, ਬਲਕਾਰ ਦੀਆਂ 'ਚ ਹੋ ਗਈ ਚੋਰੀ, ਕੱਲ੍ਹ ਗੁਰਦੇਵ ਕੇ ਦੋ ਹੋ ਗਏ ਚੋਰੀ, ਕੀ ਕਰੀਏ ਦੱਸੋ ਇਹਦਾ ਕੀ ਕਰੀਏ? ਉਹ ਮਹਾਤਮਾ ਕਹਿੰਦਾ ਇੱਕ ਚਾਦਰ ਤਾਣ ਕੇ ਖੜ ਜਿਓ, ਚਾਰ ਜਾਣੇ ਚਾਦਰ ਦੇ ਪੱਲੇ ਫੜ ਲਿਓ, ਚਾਰੇ ਚਾਰੇ ਖੂੰਜੇ ਚਾ ਜਿਹੜੇ ਨੇ ਚਾਦਰ ਦੇ ਫੜ ਕੇ ਖੜ ਜਿਓ, ਥੱਲੋਂ ਦੀ ਸਾਰੇ ਪਿੰਡ ਨੂੰ ਲੰਘਾ ਦਿਓ। ਜਦੋਂ ਮੱਝਾਂ ਨੂੰ ਚੋਰੀ ਕਰਨ ਵਾਲੇ ਚਾਦਰ ਦੇ ਥੱਲੋਂ ਦੀ ਲੰਘਣਗੇ, ਉਹਨੂੰ ਦੌਰਾ ਪੈ ਜੂ, ਉੱਥੇ ਮਰ ਜਾਣਗੇ। ਗੁਰਦੁਆਰਾ ਸਾਹਿਬ ਦੇ ਸਪੀਕਰ 'ਚ ਅਨਾਊਂਸਮੈਂਟ ਕਰਤੀ ਵੀ ਭਾਈ ਇੱਥੋਂ ਤੂੰ ਚਾਦਰ ਥੱਲੋਂ ਦੀ ਲੰਘਣਾ ਪਊ। ਸਾਰਾ ਪਿੰਡ ਲੰਘਾ ਤਾ ਜੀ, ਕੋਈ ਨਹੀਂ ਮਰਿਆ। ਬੁੜੀਆਂ ਵੀ ਲੰਘਾ ਤੀਆਂ, ਕੋਈ ਨਹੀਂ ਮਰਿਆ। ਜਵਾਕ ਵੀ ਲੰਘਾ ਤੇ, ਕਿਸੇ ਨੂੰ ਦੌਰਾ ਨਹੀਂ ਪਿਆ। ਕਾਰਨ ਪਤਾ ਕੀ ਸੀ? ਜਿਹੜੇ ਮੱਝਾਂ ਚੋਰੀ ਕਰਨ ਵਾਲੇ ਸੀ, ਉਹ ਤਾਂ ਚਾਰੇ ਜਣੇ ਚਾਦਰ ਫੜੀ ਖੜੇ ਸੀ, ਮਰੇ ਕੌਣ? ਚੋਰ ਤਾਂ ਚਾਦਰ ਫੜੀ ਖੜੇ ਆ। ਉਹ ਚਾਦਰ ਤਾਂ ਆਪਾਂ ਨੇ ਦੇਸ਼ ਦੀ ਚੋਰਾਂ ਨੂੰ ਫੜਾ ਰੱਖੀ ਹੈ, ਆਪਾਂ ਕਿੱਥੋਂ ਚੋਰ ਭਾਲੀ ਜਾਂਦੇ ਹਾਂ? ਇਮਾਨਦਾਰ ਲੋਕਾਂ ਨੂੰ ਦੇਸ਼ ਦੀ ਚਾਦਰ ਫੜਾਓ, ਇਮਾਨਦਾਰ ਲੋਕਾਂ ਨੂੰ ਪੰਜਾਬ ਦੀ ਚਾਦਰ ਤੁਸੀਂ 22 'ਚ ਫੜਾਤੀ, 24 'ਚ, ਆ ਹੁਣ ਇਮਾਨਦਾਰ 13 ਬੰਦਿਆਂ ਨੂੰ ਚਾਦਰ ਫੜਾਓ। ਇਮਾਨਦਾਰੀ ਨਾਲ ਜਦੋਂ ਕੰਮ ਹੋਊਗਾ, ਇਹ ਚਾਦਰ ਜਿਹੜੀ ਹੈ ਨਾ, ਇਹ ਪੰਜਾਬ ਦੇ ਖਜ਼ਾਨੇ ਨੂੰ ਭਰੂਗੀ, ਇਹੀ ਚਾਦਰ ਪੰਜਾਬ ਦੇ ਖਜ਼ਾਨੇ 'ਚੋਂ ਤੁਹਾਡੇ ਦੁੱਖ ਦਰਦ ਦੂਰ ਕਰੂਗੀ। 43,000 ਨੌਕਰੀਆਂ ਦੇ ਕੇ ਬੈਠਾ, 43,000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਆਇਆ ਹੋਇਆ ਅੱਜ ਮੈਂ, ਔਰ ਤੁਹਾਡੇ ਵੀ ਰਿਸ਼ਤੇਦਾਰ ਦੋਸਤ ਮਿੱਤਰਾਂ 'ਚੋਂ ਕਿਸੇ ਨੂੰ ਨੌਕਰੀ ਮਿਲੀ ਹੋਣੀ ਜਾਂ ਪਿੰਡ 'ਚ ਮਿਲੀ, ਹੱਥ ਖੜੇ ਕਰਕੇ ਦੱਸ ਦਿਓ ਮਿਲੀਆਂ ਨੌਕਰੀਆਂ? ਬਹੁਤ ਸਾਰੇ ਹੱਥ ਖੜੇ ਹੋ ਗਏ। ਕਿਸੇ ਨੇ ਕੋਈ ਪੈਸਾ ਦਿੱਤਾ ਜੀ, ਕਿਸੇ ਦਾ ਕੋਈ ਸਿਫਾਰਿਸ਼ ਲੱਗੀ, ਤੇ ਹੁਣ ਕਿਵੇਂ ਨੌਕਰੀਆਂ ਮਿਲਣ ਲੱਗ ਗਈਆਂ? ਬਿਜਲੀ 'ਤੇ ਆ ਜਾਂਦੇ ਹਾਂ, 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ। ਉਹ ਕੋਈ ਗੱਲ ਨਹੀਂ, ਵਾਅਦਾ ਕੀਤਾ ਸੀ ਆਉਂਦਾ, ਖੇਤਾਂ ਵਾਲੀ ਬਿਜਲੀ ਦਾ ਪੰਗਾ ਪੈ ਗਿਆ। ਮੈਂ ਬੁਲਾਏ ਅਫਸਰ, ਮੈਂ ਕਿਹਾ ਯਾਰ ਦੁਨੀਆ ਭਰ ਦੇ ਦਫ਼ਤਰ ਦਿਨੇ 9 ਤੋਂ 5 ਲੱਗਦੇ ਆ, ਇਹ ਕਿਸਾਨਾਂ ਵਾਲਾ ਦਫ਼ਤਰ ਕਿਉਂ ਰਾਤ ਨੂੰ 2 ਵਜੇ ਖੁੱਲਦਾ ਹੈ? ਰਾਤ ਨੂੰ 2 ਵਜੇ ਲਾਈਟ ਆਊਗੀ ਜੀ, ਨਾ ਪਹਿਲਾਂ ਸੌਂ ਸਕਦੇ ਹਾਂ ਨਾ ਬਾਅਦ 'ਚ ਸੌਂ ਸਕਦੇ ਹਾਂ। ਮੈਂ ਕਿਹਾ ਯਾਰ ਇਹ ਦਿਨੇ 2 ਵਜੇ ਨਹੀਂ ਦੇ ਸਕਦੇ? ਕਹਿੰਦੇ ਜੀ ਫੈਸਲਾ ਪੁਰਾਣਾ ਹੋਇਆ ਹੋਇਆ। ਮੈਂ ਬਦਲੋ ਪੁਰਾਣਾ ਫੈਸਲਾ, ਹੁਣ ਕੀ ਹੈ, ਬਿਜਲੀ ਦਿਨੇ ਆਉਂਦੀ ਹੈ। ਮੈਨੂੰ ਬਹੁਤ ਸਾਰੇ ਬਜ਼ੁਰਗ ਮਿਲੇ ਕਿਸਾਨ, ਉਹ ਕਹਿੰਦੇ ਪੁੱਤ ਝਾੜ ਵੀ ਵਧੀਆ, ਲਾਈਟ ਤਾਂ ਆਉਂਦੀ ਆਉਂਦੀ ਹੈ, ਪਰ ਸਭ ਤੋਂ ਨਜ਼ਾਰਾ ਇਸ ਗੱਲ ਦਾ ਆ ਗਿਆ, ਸਾਨੂੰ ਰਾਤ ਨੂੰ ਮੱਛਰ 'ਚ ਸੱਪਾਂ ਦੀਆਂ ਸਿਰੀਆਂ ਮਿਧਣ ਦੀ ਲੋੜ ਨਹੀਂ ਪਈ, ਦਿਨੇ ਦਿਨੇ ਅਸੀਂ ਆਪਦੀ ਫਸਲ ਪਾਲੀ ਹੈ, ਦਿਨੇ ਦਿਨੇ ਅਸੀਂ ਮੋਟਰ ਚਲਾ ਕੇ ਬੰਦ ਕਰਕੇ ਆਏ ਹਾਂ ਮੋਟਰ। ਸੋ ਵੀਰੋ ਇੱਕ ਹੋਰ ਦੱਸਦਾ ਤੁਹਾਨੂੰ, ਰਾਤ ਨੂੰ ਆਪਾਂ ਨੇ ਕੀ ਕੀਤਾ, ਹੁਣ ਸ਼ੁਰੂ ਕੰਮ, ਮੁੰਬਈ ਨਾਲ ਸਮਝੌਤਾ ਕੀਤਾ, ਮੁੰਬਈ, ਪੂਨਾ, ਹੈਦਰਾਬਾਦ, ਬੰਗਲੌਰ, ਇਹ ਸ਼ਹਿਰ ਰਾਤ ਨੂੰ ਜ਼ਿਆਦਾ ਬਿਜਲੀ ਚਾਹੀਦੀ ਹੈ, ਇੱਥੇ ਇਹ ਰਾਤ ਨੂੰ ਜ਼ਿਆਦਾ, ਇਹਨਾਂ ਸ਼ਹਿਰਾਂ 'ਚ ਜਿਹੜੀ ਹੈ ਵੱਡੇ ਵੱਡੇ ਸ਼ਹਿਰ ਨੇ, ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਨਾਈਟ ਲਾਈਫ ਬਹੁਤ ਦੇਰ ਤੱਕ ਚੱਲਦੀ ਹੈ। ਵੀਰੋ ਐਸੇ ਮਹੀਨੇ 90 ਕਰੋੜ ਦੀ ਬਿਜਲੀ ਆਪਾਂ ਵੇਚੀ ਵੀ ਹੈ ਮਹਾਰਾਸ਼ਟਰ ਨੂੰ,
ਕਰਨਾਟਕਾ ਨੂੰ, ਆਂਧਰਾ ਨੂੰ, ਨਾਲੇ ਪੈਸੇ ਕਮਾ ਵੀ ਰਿਹਾ ਅਤੇ ਸੋਲਰ ਵਾਲੀ ਬਿਜਲੀ ਆਪਾਂ ਨੂੰ ਸਸਤੀ ਪੈਂਦੀ ਉਹ ਦਿਨੇ ਦੇ ਰਹੇ ਹਾਂ ਲੋਕਾਂ ਨੂੰ। ਮੇਰੇ ਤਾਂ ਐਂ ਪਿਆ, ਐਂ ਟਿਪਸ 'ਤੇ ਪਿਆ, ਦੋ ਨਹਿਰਾਂ ਆ ਰਹੀਆਂ ਨੇ ਹੁਣ, ਮਾਲਵਾ ਨਹਿਰ ਅਤੇ ਨਾਲ 206 ਮੈਗਾਵਾਟ ਦਾ ਇੱਕ ਧਾਰ ਕਲਾਂ ਦੇ ਵਿੱਚ ਡੈਮ ਤਿਆਰ ਹੋ ਗਿਆ, ਨਾਲੇ ਬਿਜਲੀ ਬਣੂ, ਨਾਲੇ ਰਾਵੀ ਦਰਿਆ ਦਾ ਪਾਣੀ ਰੋਕ ਕੇ ਉਹ ਸਾਰੀ ਦੁਆਬੇ ਦੇ ਵਿੱਚ ਦੀ ਨਹਿਰ 12 ਮਹੀਨੇ 30 ਦਿਨ ਚੱਲੂਗੀ, 24 ਘੰਟੇ ਚੱਲੂਗੀ, ਸਾਰੇ ਦੁਆਬੇ ਦਾ ਪਾਣੀ ਆਊਗਾ। ਫਿਰ ਜਦੋਂ ਸਰਕਾਰ ਸੰਭਾਲੀ ਸੀ, 21% ਨਹਿਰਾਂ ਦਾ ਪਾਣੀ, 21% ਨਹਿਰਾਂ ਦਾ ਪਾਣੀ ਖੇਤੀ ਵਾਸਤੇ ਵਰਤਿਆ ਜਾਂਦਾ ਸੀ, ਸਿੰਚਾਈ ਵਾਸਤੇ, ਬਾਕੀ ਸਾਰਾ ਐਂ ਲੰਘ ਜਾਂਦਾ ਸੀ ਗਾਹਾਂ। ਅੱਜ 2 ਸਾਲਾਂ 'ਚ ਅਸੀਂ 69% 'ਤੇ ਆ ਗਏ ਵੀਰੋ, ਹੁਣ 70% ਦਾ, ਕਿਉਂਕਿ ਇਰੀਗੇਸ਼ਨ ਮਿਨਿਸਟਰ ਮੀਤ ਵੀ ਰਿਹਾ, ਹੁਣ 70% ਦਾ ਸਾਡਾ ਜਿਹੜਾ ਟਾਰਗੇਟ ਅਕਤੂਬਰ 'ਚ ਪੂਰਾ ਹੋ ਜੂਗਾ। 70% ਜਿਹਦੇ ਨਹਿਰਾਂ ਦਾ ਪਾਣੀ ਆ ਗਿਆ ਨਾ, 14.5 ਲੱਖ ਟਿਊਬਵੈੱਲ ਹੈ ਪੰਜਾਬ 'ਚ, ਉਹ 'ਚੋਂ 5.5 ਲੱਖ ਟਿਊਬਵੈੱਲ ਬੰਦ ਹੋ ਜਾਣਗੇ, ਕਿਉਂਕਿ ਉਸੇ ਖੇਤ 'ਚ ਨਹਿਰ ਦਾ ਪਾਣੀ, ਕੱਸੀ ਦਾ ਪਾਣੀ ਆ ਜੂਗਾ। ਵੀਰੋ ਜਦੋਂ 5.5 ਲੱਖ ਟਿਊਬਵੈੱਲ ਬੰਦ ਹੋ ਗਿਆ, ਨਾਲੇ ਤਾਂ ਬਿਜਲੀ ਬਚੂਗੀ, ਨਾਲੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਗੁਰੂ ਸਾਹਿਬ ਦਾ ਜਿਹੜਾ ਕੀਤਾ ਹੋਇਆ ਵਚਨ ਹੈ ਉਹਨੂੰ ਪੂਰਾ ਕਰਾਂਗੇ। ਪਾਣੀ ਦੇਖਿਓ ਹੌਲੀ ਹੌਲੀ ਉੱਪਰ ਆ ਜੂਗਾ, ਆਪਣੇ ਜਿਹੜੇ ਖੜ੍ਹੇ ਹੋਏ ਨਲਕੇ ਪੁਰਾਣੇ ਉਹ ਚੱਲ ਪੈਣਗੇ, ਤੁਸੀਂ ਦੇਖਿਓ ਸਹੀ, ਤੁਸੀਂ ਦੇਖਿਓ ਸਹੀ, ਮੇਰੇ 'ਤੇ ਯਕੀਨ ਕਰੋ ਤੁਸੀਂ। ਕੱਲਾ ਮੈਂ ਅਪੀਲ ਕੀਤੀ ਸੀ ਪਿਛਲੇ ਸਾਲ ਕਿ ਪੂਸਾ 44 ਆਪਾਂ ਲਾਉਣੀ ਨਹੀਂ, ਉਹ 152 ਤੋਂ 155 ਦਿਨ ਲੈਂਦੀ ਆ ਪੱਕਣ ਨੂੰ ਪੂਸਾ 44। ਮੈਂ ਕਿਹਾ ਪੀ ਆਰ 126, ਪੀ ਆਰ 127, ਪੀ ਆਰ 128, 29, 30 ਲਾ ਲਓ, ਉਹ 92 ਦਿਨ ਲੈਂਦੀ ਹੈ, 92 ਤੋਂ 95, 2 ਮਹੀਨੇ ਵੱਧ ਲੈਂਦੀ ਆ ਉਹੀ ਫਸਲ। ਵੀਰੋ ਅੰਗਰੇਜ਼ੀ ਦੇ ਅਖਬਾਰ ਨੇ ਪੂਰੇ ਦੇਸ਼ ਦੇ ਵਿੱਚ ਟਾਈਟਲ ਦਿੱਤਾ ਕਿ ਭਗਵੰਤ ਮਾਨ ਦੀ ਇੱਕ ਛੋਟੀ ਜਿਹੀ ਅਪੀਲ 'ਤੇ 33% ਲੋਕਾਂ ਨੇ ਪੂਸਾ 44 ਨਹੀਂ ਲਾਈ, ਉਹਦੀ ਥਾਂ 'ਤੇ ਪੀ ਆਰ 126-127 ਲਾਈ, 477 ਕਰੋੜ ਬਿਜਲੀ ਬੋਰਡ ਦਾ ਖਰਚਾ ਬਚ ਗਿਆ, 5 ਅਰਬ ਕਿਊਬਿਕ ਮੀਟ੍ਰਿਕ ਪਾਣੀ ਜਿਹੜਾ ਧਰਤੀ ਦੇ ਵਿੱਚ ਉਹ ਬਚ ਗਿਆ, ਜਿਹੜਾ ਆਪਾਂ ਇਸ ਕੀ, ਕਿਉਂਕਿ ਫਿਰ ਜਦੋਂ 2 ਮਹੀਨੇ ਪਹਿਲਾਂ ਟਿਊਬਵੈੱਲ ਬੰਦ ਹੋ ਗਏ, 2 ਮਹੀਨੇ ਟਿਊਬਵੈੱਲ ਨਹੀਂ ਚੱਲੇ, ਥੱਲੇ ਭਰਤੀ 'ਚ ਪਾਣੀ ਬਚ ਗਿਆ। ਜੇ ਆਪਾਂ ਹੁਣ 33 ਨਾਲ ਹੀ ਇੰਨਾ ਕਰ ਸਕਦੇ ਹਾਂ, ਆਪਾਂ ਐਤਕੀ ਬੀਜਦੇ ਨਹੀਂ ਪੂਸਾ 44, ਆਪਾਂ ਹੋਰ ਕਿਸਮਾਂ ਜਿਹੜੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਕੱਢੀ ਨੇ ਉਹ ਬੀਜਾਂਗੇ, ਦਾਣਾ ਚੱਕਾਂਗੇ, ਕੋਈ ਇਸ ਗੱਲ ਦੀ ਦਿੱਕਤ ਨਾ। ਆ ਹੁਣ ਵੀ 130 ਲੱਖ ਮੀਟ੍ਰਿਕ ਟਨ ਕਣਕ ਦੇਵਾਂਗੇ ਇਹਨਾਂ ਨੂੰ ਐਤਕੀ। ਉੱਥੇ ਜਿਹੜੇ ਕਹਿੰਦੇ ਨਾ 80 ਕਰੋੜ ਲੋਕਾਂ ਕੋ, ਮੋਦੀ ਜੀ ਕਹਿੰਦੇ 80 ਕਰੋੜ ਲੋਕਾਂ ਕੋ ਮੈਂ ਰਾਸ਼ਨ ਦਿੱਤਾ ਹੂੰ, ਰਾਸ਼ਨ ਕਿੱਥੋਂ ਆਉਂਦਾ? ਪੰਜਾਬ ਦਿੰਦਾ। ਅਤੇ ਜਦੋਂ ਤਾਂ ਅਸੀਂ ਕਣਕ ਅਤੇ ਝੋਨਾ ਦਿੰਦੇ ਹਾਂ ਉਹ ਤਾਂ ਸਿੱਧਾ ਹੀ ਚੱਲ ਜਾਂਦਾ, ਉਦੋਂ ਬਾਰਡਰ ਕੋਈ ਨਹੀਂ ਹੈਗਾ, ਉਦੋਂ ਸਿੱਧਾ ਪੰਜਾਬ ਤੋਂ ਜਾਂਦਾ ਬਿਹਾਰ ਨੂੰ, ਪੰਜਾਬ ਤੋਂ ਜਾਂਦਾ ਆਂਧਰਾ ਨੂੰ। ਅਤੇ ਜਦੋਂ ਕਣਕ ਅਤੇ ਝੋਨੇ ਨੂੰ ਉਗਾਉਣ ਵਾਲੇ ਕਿਸਾਨ ਥੋੜ੍ਹੇ ਜਿਹਾ ਐਂ ਕਹਿ ਦੇਣ ਵੀ ਸਾਡੇ ਨਾਲ ਗੱਲ ਕਰਕੇ ਸਾਡਾ ਭਾਅ ਥੋੜ੍ਹਾ ਜਿਹਾ ਠੀਕ ਕਰ ਦਿਉ, ਉਦੋਂ ਗੋਲੀਆਂ, ਉਦੋਂ ਅੱਥਰੂ ਗੈਸ ਦੇ ਗੋਲੇ, ਉਦੋਂ ਹਰਿਆਣੇ ਦੇ ਬਾਰਡਰ 'ਤੇ ਲੱਗ ਜਾਂਦੀਆਂ ਕੰਡਿਆਲੀਆਂ ਤਾਰਾਂ। ਕਮਾਲ ਹੈ ਯਾਰ, ਵੀ ਉਹਨਾਂ ਨਾਲ ਗੱਲ ਕਰੋ ਤੁਸੀਂ। ਉਹ ਐਡ ਆਉਂਦੀ ਹੈ ਇੱਕ ਟੀ ਵੀ 'ਤੇ, ਉਹ ਕੁੜੀ ਆਉਂਦੀ ਹੈ ਬਾਹਰਲੇ ਮੁਲਕ 'ਚੋਂ ਅਤੇ ਉਹਦੇ ਮਾਂ ਪਿਓ ਖੁਸ਼ ਹੋ ਜਾਂਦੇ ਨੇ, ਬੇਟਾ ਤੂੰ ਆ ਗਈ। ਉਹ ਕਹਿੰਦੀ ਹੈ ਹਾਂ ਪਾਪਾ, ਮੋਦੀ ਜੀ ਨੇ ਯੁੱਧ ਰੁਕਵਾ ਦਿਆ ਥਾ। ਮਤਲਬ ਮੋਦੀ ਜੀ ਨੇ ਰੂਸ ਅਤੇ ਯੂਕਰੇਨ ਦਾ ਯੁੱਧ ਰੁਕਵਾ ਤਾ ਵੀ ਸਾਡੇ ਬੰਦੇ ਕੱਢਣੇ। ਉਹ ਭਾਈ ਯੁੱਧ ਰੁਕਵਾ ਦਿੰਦੇ ਜੋ ਉੱਥੋਂ ਵਾਲਾ, ਆ 150 ਕਿਲੋਮੀਟਰ 'ਤੇ ਦਿੱਲੀ ਤੋਂ ਕਿਸਾਨ ਬੈਠੇ ਨੇ ਬਾਰਡਰਾਂ 'ਤੇ, ਉਹਨਾਂ ਨਾਲ ਤਾਂ ਗੱਲ ਕਰ ਲਾ, ਉਹਨਾਂ ਨਾਲ ਤਾਂ ਗੱਲ ਕਰ ਲਾ, ਉਹਨਾਂ ਨਾਲ ਨਹੀਂ ਗੱਲ ਕਰਨੀ। ਜੋ ਝੂਠ 'ਤੇ ਝੂਠ ਬੋਲੀ ਜਾਣਾ, ਝੂਠ 'ਤੇ ਝੂਠ ਚੱਕੀ ਜਾਣਾ, ਕਦੇ ਕੁਛ ਕਦੇ ਕੁਛ। ਸੋ ਵੀਰੋ ਇਹਨਾਂ 'ਤੇ ਯਕੀਨ ਨਹੀਂ ਕਰਨਾ, ਇਹ ਸਭ ਇਹ ਦੇਖੇ ਹੋਏ ਨੇ, ਪਰਖੇ ਹੋਏ ਨੇ।
ਇਹਨਾਂ ਨੂੰ ਹੋਰ ਪਰਖਣ ਦੀ ਲੋੜ ਨਹੀਂ। ਆ ਥੋੜ੍ਹੇ ਜਿਹੇ ਦਿਨਾਂ ਤੱਕ ਆਪਾਂ ਨੂੰ ਇਹ ਵੀ ਪਤਾ ਲੱਗ ਜੂਗਾ ਕਿ ਆਪਣਾ ਚੋਣ ਨਿਸ਼ਾਨ ਕਿੰਨਵੇਂ ਨੰਬਰ 'ਤੇ ਹੈ, ਅਤੇ ਪੱਤਰਕਾਰਾਂ ਤਾਂ ਅੱਜ ਪਤਾ ਲੱਗ ਗਿਆ, ਆਉਣ ਲੱਗ ਗਏ ਮੈਨੂੰ ਮੈਸੇਜ, ਦੋ ਤਿੰਨ ਚੈੱਕ ਕਰ ਲਏ ਮੈਂ ਕਿ ਭਾਈ ਇਹ ਤਾਂ ਤੁਸੀਂ ਫਿਰ ਉਹੀ 14 ਵਾਲਾ, 17 ਵਾਲਾ, 19 ਵਾਲਾ, 22 ਵਾਲਾ ਮਾਹੌਲ ਬਣਾ ਲਿਆ। ਮੈਂ ਕਿਹਾ ਹਜੇ ਤਾਂ ਖੜ ਜਾਓ, ਹਜੇ ਤਾਂ ਸਿਰ 'ਚੋਂ ਪੂਣੀ ਵੀ ਨਹੀਂ ਕੱਤੀ, ਹਜੇ ਤਾਂ ਚਰਖਾ ਡਾਇਆ ਹੈ, ਤੁਸੀਂ ਦੇਖਦੇ ਜਾਓ ਕਿਹੜੇ ਕਿਹੜੇ ਗਲੋਟੇ ਲਹਿੰਦੇ ਇੱਥੇ। ਸੋ ਇਸ ਕਰਕੇ ਇਹ ਤੁਹਾਡਾ ਪਿਆਰ ਜਿਹੜਾ ਇਹ ਥੱਕਣ ਨਹੀਂ ਦਿੰਦਾ, ਔਰ ਇਹੀ ਪਿਆਰ ਜਿਹੜਾ ਇਹ ਸਾਨੂੰ ਹੋਰ ਹੌਸਲਾ ਦਿੰਦਾ। ਪੱਤਰਕਾਰ ਮੈਨੂੰ ਕਹਿਣ ਲੱਗ ਜਾਂਦੇ ਨੇ ਇੰਨੀਆਂ ਜਗ੍ਹਾ 'ਤੇ ਜਾਂਦੇ ਹੋ ਤੁਸੀਂ, ਦੋ ਦੋ ਘੰਟਿਆਂ ਦੇ ਰੋਡ ਸ਼ੋਅ ਵੀ ਖੜ੍ਹੇ ਰਹਿੰਦੇ ਹੋ, ਥੱਕਦੇ ਨਹੀਂ? ਮੈਂ ਕਿਹਾ ਥਕਾਵਟ ਤਾਂ ਹੋ ਜਾਂਦੀ ਹੈ, ਪਰ ਜਦੋਂ ਮੂਹਰੋਂ ਫੁੱਲ ਆਉਂਦੇ ਆ ਨਾ, ਆਹ ਮੇਰੀ ਤਾਂ ਪੱਗ ਭਰ ਜਾਂਦੀ, ਪੱਗ ਆ ਦੇਖ ਲਓ, ਪੱਗ 'ਚੋਂ ਫੁੱਲ ਨਿਕਲਦੇ, ਜਦੋਂ ਮੂਹਰੋਂ ਫੁੱਲ ਆਉਂਦੇ ਆ ਨਾ, ਫਿਰ ਉਦੋਂ ਥਕਾਵਟਾਂ ਲੈ ਜਾਂਦੀਆਂ ਨੇ। ਇੱਕ ਪਾਸੇ ਤਾਂ ਆਹ ਪਿਆਰ ਹੈ ਕਿ ਲੋਕ ਫੁੱਲ ਵਰਸਾਉਂਦੇ ਆ, ਮਾਵਾਂ ਆਸ਼ੀਰਵਾਦ ਦਿੰਦੀਆਂ, ਸਿਰ ਪੜੋਸਦੀਆਂ, ਭੈਣਾਂ ਦੁਆਵਾਂ ਦਿੰਦੀਆਂ, ਨੌਜਵਾਨ ਮੁੰਡੇ ਮੋਢੇ 'ਤੇ ਹੱਥ ਧਰ ਕੇ ਸੈਲਫੀਆਂ ਖਿਚਾਉਂਦੇ ਆ, ਅਤੇ ਦੂਜੇ ਪਾਸੇ ਅਕਾਲੀ ਕਾਂਗਰਸੀ ਬੀਜੇਪੀ ਵਾਲੇ ਆ, ਉਹਨਾਂ ਨੇ ਇੱਕ ਵਾਰੀ ਹੱਥ ਮਿਲਾ ਕੇ ਬਾਅਦ 'ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ, ਪੂਰੀਆਂ ਨੇ ਜਾਂ ਲੈ ਗਏ ਇੱਕ ਅੱਧੀ ਯਾਰ। ਸੋ ਇਹ ਭਾਈ ਆਪਾਂ ਕੰਮ ਕਰਨਾ ਨਹੀਂ, ਤੁਹਾਡੇ ਵਰਗਾਂ, ਤੁਹਾਡੇ ਹੀ ਪੋਤਾਂ, ਤੁਹਾਡੇ ਹੀ ਭਤੀਜਾਂ, ਤੁਹਾਡੇ ਹੀ ਛੋਟਾ ਵੱਡਾ ਭਾਈ ਹਾਂ। ਇੱਕ ਵਾਰ ਮੈਂ ਇਕੱਲਾ ਲੜ ਰਿਹਾ, ਇੱਕ ਵਾਰ ਮੈਨੂੰ 13 ਹੱਥ ਜਿਹੜੇ ਕਿ ਮੁੱਠੀ ਬੰਦ ਕਰਕੇ ਇਨਕਲਾਬ ਦਾ ਨਾਰਾ ਬਣ ਜਾਣ, ਅਤੇ 13 ਜ਼ੁਬਾਨਾਂ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਸ਼ੀਸ਼ੇ ਹਿਲਾ ਦੇਣ, ਉਹ ਦੇ ਦਿਓ। ਉਹ ਤੋਂ ਬਾਅਦ ਇੱਕ ਰੁਪਈਆ ਵੀ ਕੋਈ ਮਾਈ ਦਾ ਲਾਲ ਪੰਜਾਬ ਦਾ ਹੱਕ ਦਾ ਕੋਈ ਰੋਕ ਕੇ ਦਿਖਾ ਗਿਆ ਤਾਂ ਮੈਂ ਜ਼ਿੰਮੇਵਾਰ ਹੋਊਂਗਾ, ਮੈਨੂੰ ਨੀਵੇਂ ਥਾਵੇਂ ਬਿਠਾ ਲਿਓ। ਸੋ ਇਸ ਕਰਕੇ ਸੰਗਰੂਰ ਵਾਲਿਓ, ਤੁਹਾਨੂੰ ਤੁਹਾਡੇ ਕੋਲ ਆਇਆ, ਪਿਆਰ ਕਰਦਾ ਮੈਂ ਤੁਹਾਨੂੰ, ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ, ਇਨਕਲਾਬ। ਥੋੜ੍ਹਾ ਜਿਹਾ ਹੋਰ ਤਾਂ ਕਿ ਪਤਾ ਲੱਗੇ ਵੀ ਸੰਗਰੂਰ ਤੋਂ ਕੰਮ ਸ਼ੁਰੂ ਹੋ ਚੁੱਕਿਆ। ਇਨਕਲਾਬ, ਇਨਕਲਾਬ, ਬੋਲੇ ਸੋਨਿਆ। ਬਹੁਤ ਦੇਰ ਤੋਂ ਤੁਸੀਂ ਇੱਥੇ ਬੈਠੇ ਰਹੇ ਗਰਮੀ ਦੇ ਬਾਵਜੂਦ, ਖਾਸ ਤੌਰ 'ਤੇ ਮਾਵਾਂ ਭੈਣਾਂ, ਮੈਂ ਬਹੁਤ ਧੰਨਵਾਦ ਕਰਦਾ, ਕਿਉਂਕਿ ਮਾਵਾਂ ਭੈਣਾਂ ਦਾ ਆਸ਼ੀਰਵਾਦ ਮਿਲ ਜਾਏ ਤਾਂ ਦੁਨੀਆ ਦੀ ਕੋਈ ਮੰਜ਼ਿਲ ਸਰ ਕੀਤੇ ਬਿਨਾਂ ਰਹਿ ਨਹੀਂ ਸਕਦੀ। ਆਰਾਮ ਨਾਲ ਜਾਇਓ, ਮਾਵਾਂ ਭੈਣਾਂ ਵੀ ਨੇ, ਬਜ਼ੁਰਗ ਵੀ ਨੇ, ਬੱਚੇ ਵੀ ਨੇ, ਮਿਲਦੇ ਰਹਾਂਗੇ, ਜਦੋਂ ਬੁਲਾਓਗੇ ਮੈਂ ਆਉਂਦਾ ਰਹੂੰਗਾ, ਔਰ ਜਿੱਥੇ ਬੁਲਾਓਗੇ ਮੈਂ ਆਉਂਦਾ ਰਹੂੰਗਾ। ਲਵ ਯੂ ਆਲ, ਬਹੁਤ ਬਹੁਤ ਪਿਆਰ, ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਜ਼ਿੰਦਾਬਾਦ ਰਹੋ, ਆਬਾਦ ਰਹੋ।